लाइव भारत देख रहे दर्शकों का बहुत बहुत स्वागत है। अज इलैक्शन 2022 की खबर एक वक्री कड़ी तुम दिखा जा रहे हैं, जिथे कि इस तरह का एक शख्स तेरे न मिलावे जो कि कांग्रेस प्रेमी है। ये शख्स को आप कांग्रेस प्रेमी इस करके कहेंगे ना कि किसी एक कैंडीडेट का, बट कि पूरी ये कांग्रेस पार्टी का प्रचार कर रहा है। पंजाब कांग्रेस के हर स्टीकर इसकी गड्डी पर नज़र आएंगे, तो आप भी इस दे सिर पर कांग्रेस का झंडा, सज्जे खब्बे कांग्रेस का झंडा, तो दिल के भी कांग्रेस लैके चलने वाला शख्स पिछले 17 दिनों तो वक्रे वक्रे जिले के जाके कांग्रेस का प्रचार कर रहा, वो भी बिल्कुल फ्री। जिस तरह की शख्स का कहना है कि यह कांग्रेस का प्रचार बिल्कुल फ्री कर रहा, 17 दिनों तो घरों बाहर रह रहा, लगातार गड्डी ड्राइव करता, वक्रे वक्रे जिले से जाता। आप ये भी तुहाडी गलबात करावांगे। तो सत श्री अकाल, स्वागत है तुहाडा लाइव भारत। मदन लाल जी मलोट मंडी तो अभी कांग्रेस पार्टी का प्रचार कर रहे हैं, 17 दिन हो गए। बड़ा जोश, बड़ा वधिया सरकार बननी है कांग्रेस पार्टी की, 70-75 सीटा मिलनी है। ਸੱਦੂ ਕੋ ਸਪੈਸ਼ਲ ਆਏ ਆ ਅੰਮ੍ਰਿਤਸਰ, ਅੱਜ ਨਵਜੋਤ ਸਿੰਘ ਸੱਦੂ ਨੂੰ ਮਿਲਣ ਸਪੈਸ਼ਲ ਆਏ ਹਾਂ। ਤੁਸੀਂ ਮੰਡੀ 'ਚੋਂ ਆਏ ਹੋ, ਇੱਥੇ ਸਾਰੇ ਕੈਂਡੀਡੇਟਾਂ ਦੀ ਤੁਸੀਂ ਪੋਸਟਰ ਲਗਾਏ, ਇੱਕ ਤਰ੍ਹਾਂ ਦੀ ਮੰਡੀ ਲਗਾਈ ਹੋਈ ਹੈ, ਇਹ ਤੁਹਾਡੇ ਦਿਮਾਗ 'ਚ ਆਈਡੀਆ ਕਿੱਥੋਂ ਆਇਆ? ਬਸ ਆਈਡੀਆ ਸ਼ੌਂਕ ਸੀਗਾ, ਬਸ ਮੈਂ ਕਿਹਾ ਜਿਹੜੇ ਸ਼ਹਿਰ ਜਾਈਏ ਸਟicker ਜ਼ਰੂਰੀ ਹੈ ਅਗਲੇ ਦਾ, ਮੈਂ ਕਿਹਾ ਹੋ ਗਿਆ ਹੈ ਅਗਲੇ ਦਾ। ਇਹ ਸ਼ੌਂਕ ਹੈ ਜਾਂ ਪਾਰਟੀ ਦਾ ਪ੍ਰਚਾਰ ਹੈ? ਫਿਰੋਜ਼ਪੁਰ ਰਾਤ ਪਿੰਕੀ ਕੋਲੇ ਉੱਥੋਂ ਚੱਲੇ ਜੀਰੇ, ਇੱਥੇ ਸਾਰਿਆਂ ਨੇ ਬੜਾ ਵਧੀਆ ਸਵਾਗਤ ਕੀਤਾ, ਬਹੁਤ ਵਧੀਆ। ਫਿਰੋਜ਼ਪੁਰ ਤੋਂ ਜੀਰਾ, ਜੀਰਾ ਤੋਂ ਵੇਰਕੇ, ਹੁਣ ਵੇਰਕੇ ਤੁਸੀਂ ਆ ਗਏ ਹੋ, ਇਹ ਪਾਰਟੀ ਦਾ ਪ੍ਰਚਾਰ ਕਰਦੇ ਪਏ ਹੋ, ਪਾਰਟੀ ਦੇ ਪ੍ਰਚਾਰ 'ਚ ਪੈਸਾ ਕਿੰਨਾ ਮਿਲ ਰਿਹਾ? ਕੋਈ ਪੈਸਾ ਨਹੀਂ, ਫ੍ਰੀ ਸੇਵਾ। ਅਤੇ ਰੋਟੀ ਪਾਣੀ ਖਰਚਾ ਕਿਵੇਂ ਚੱਲਦਾ? ਰੋਟੀ ਪਾਣੀ ਦਫ਼ਤਰ ਹੈ, ਰੋਟੀ ਖਾ ਲਈ ਹੈ। ਅਤੇ ਘਰ ਪਰਿਵਾਰ? ਘਰੇ ਸਭ ਠੀਕ ਹੈ। ਪਰਿਵਾਰ 'ਚ ਕੌਣ ਕੌਣ ਕਰਦੇ ਆ? ਬਸ ਇਕੱਲੇ। ਪਰਿਵਾਰ 'ਚ ਕੌਣ ਕੌਣ ਕਰਦੇ? ਕਰਦੇ। ਅਤੇ ਹੁਣ ਤੁਸੀਂ ਜਿਹੜੇ ਕਿ ਚੋਣ ਪ੍ਰਚਾਰ ਆ ਕਰਦੇ ਪਏ ਹੋ, ਕਦੋਂ ਤੱਕ ਕਰੋਗੇ? ਹਾਂਜੀ, ਕਦੋਂ ਤੱਕ ਪ੍ਰਚਾਰ ਕਰੋਗੇ? ਬਸ 5 ਦਿਨ, ਸ਼ੁੱਕਰਵਾਰ ਤੱਕ। ਸ਼ੁੱਕਰਵਾਰ ਤੱਕ? ਅਤੇ ਚੋਣ ਚੁਣਾਵ ਆਯੋਗ ਦੇ ਤੁਸੀਂ ਨਿਯਮ ਵੀ ਮੰਨ ਰਹੇ ਹੋ, ਪਾਰਟੀ ਦੇ ਸਾਰੇ ਵਰਕਰਾਂ ਦੀ ਪੋਸਟਰ ਵੀ ਲੈ ਕੇ ਚੱਲ ਰਹੇ ਹੋ, ਅਤੇ ਪਾਰਟੀ ਤੋਂ ਕੁਛ ਮਿਲ ਨਹੀਂ ਰਿਹਾ? ਉਹ ਨਹੀਂ ਮਿਲ ਜੂਗਾ, ਕੋਈ ਨਹੀਂ, ਜਦੋਂ ਚਾਹੀਦਾ ਹੋਊਗਾ ਆਪਾਂ ਨੂੰ। ਆਪਣੇ ਕੋਲ ਆਪਦਾ ਬਾਬਾ ਦੀ ਫੁੱਲ ਕਿਰਪਾ ਹੈ। ਹਰ ਇੱਕ ਭਗਤ ਦੀ ਆਪਣੀ ਇੱਕ ਮੰਗ ਹੁੰਦੀ ਹੈ, ਅਤੇ ਤੁਸੀਂ ਜਿਸ ਤਰ੍ਹਾਂ ਕਾਂਗਰਸ ਦੇ ਭਗਤ ਬਣ ਕੇ ਘੁੰਮ ਰਹੇ ਹੋ, ਤੁਹਾਡੀ ਕੀ ਮੰਗ ਹੈ? ਕੋਈ ਮੰਗ ਨਹੀਂ, ਸਾਡੀ ਮੰਗ ਆਈ ਜਾਣੀ ਹੈ। ਫਿਰ ਤਾਂ ਕਹਿੰਦੇ ਵੀ ਸਰਕਾਰ ਕਾਂਗਰਸ ਦੀ ਬਣੇ, ਚੰਨੀ ਦੀ ਦੁਆਰੇ, ਚੰਨੀ ਦੁਆਰੇ ਆਵੇ ਬਸ। ਪਾਰਟੀ ਦੀ ਨਿਸਵਾਰਥ ਸੇਵਾ, ਅਤੇ ਪਾਰਟੀ ਦੀ ਨਿਸਵਾਰਥ ਸੇਵਾ ਕਰਨ ਦਾ ਆਈਡੀਆ ਦਿਮਾਗ 'ਚ ਕਦੋਂ ਤੋਂ ਆਇਆ? ਕਿੰਨੇ ਸਾਲ ਹੀ ਹੋ ਗਏ ਸਾਨੂੰ ਤਾਂ ਜੀ, ਪੱਕਾ ਜਿੱਥੇ ਹੋਈਏ ਰਾਜਾਨਾ, ਰਾਜਸਥਾਨ, ਦਿੱਲੀ ਜਾਈਦਾ। ਤੁਸੀਂ ਨਾ ਕਿ ਪੰਜਾਬ ਸਰਕਾਰ ਅਤੇ ਤੁਸੀਂ ਬਾਹਰ ਵੀ ਜੇ ਪੂਰੇ ਕਾਂਗਰਸ ਦਾ ਪ੍ਰਚਾਰ ਕਰਦੇ ਹੋ। 1 ਲੱਖ ਰੁਪਏ ਸ਼ਰਤ ਲਾਈ ਸੀ ਪਿਛਲੀ ਵਾਰੀ ਕੈਪਟਨ ਦੇ, ਉਹ ਜਿੱਤੇ ਆਪਾਂ। 1 ਲੱਖ ਰੁਪਏ ਦੀ ਸ਼ਰਤ ਕੈਪਟਨ ਨੇ ਲਾਈ? ਮੈਂ ਲਾਈ ਸੀਗੀ ਕੈਪਟਨ ਨੇ, ਪਿਛਲੀ ਵਾਰੀ ਬਣੀ ਸੀ ਸਰਕਾਰ ਆਪਣੀ। ਅੱਛਾ ਜੀ। ਐਤਕੀ ਉਹਨੇ ਬੇੜਾ ਗਰਕ ਕਰਤਾ ਕੈਪਟਨ ਨੇ। ਤਾਂ ਹੁਣ ਕਾਹਦੀ ਸ਼ਰਤ ਲਾਈ? ਹੁਣ ਲਾਵਾਂਗੇ ਕੋਈ ਸਰਕਾਰ ਦੀ, ਫਿਰ ਲਾਵਾਂਗੇ। ਟਾਈਮ ਤਾਂ ਥੋੜ੍ਹਾ ਰਹਿ ਗਿਆ। ਨਹੀਂ ਲਾਵਾਂਗੇ, ਮੌਕੇ 'ਤੇ ਲਾਈ ਦੇ ਹੁੰਦੇ ਆ। ਤਾਂ ਹੁਣ ਅੱਗੇ ਦਾ ਰੂਟ ਪਲਾਨ ਕੀ ਹੋਗਾ? ਬਸ ਜਲੰਧਰ, ਲੁਧਿਆਣਾ, ਚਮਕੌਰ ਸਾਹਿਬ ਸਾਹਿਬ, ਚੰਨੀ। ਘੁੰਮ ਫਿਰ ਕੇ ਪੰਜਾਬ ਦੀ ਪੂਰੀ ਬ੍ਰੈਂਡਿੰਗ ਕਰ ਰਹੇ ਹੋ ਕਾਂਗਰਸ ਦੀ? ਪੂਰੀ ਪੂਰੀ। ਅਤੇ ਸ਼ਖਸ ਕਾਂਗਰਸ ਦੀ ਪੂਰੀ ਬ੍ਰੈਂਡਿੰਗ ਕਰ ਰਿਹਾ ਹੈ, ਅਤੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਕਾਂਗਰਸ ਦਾ ਪ੍ਰਚਾਰ ਕਰ ਰਿਹਾ ਹੈ, ਅਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇਸਦੀ ਪੂਰੀ ਗੱਡੀ ਦਿਖਾਈ ਜਾਵੇ, ਅਤੇ ਪਿੱਛੇ ਲੱਗੇ ਗੱਡੀ ਦੇ ਪਿੱਛੇ ਲੱਗੇ ਪੋਸਟਰ ਵੀ ਦਿਖਾਏ ਜਾਣ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਪਾਰਟੀ ਦੇ ਹਰ ਵਰਕਰ ਦੀ ਫੋਟੋ ਇਹ ਲਗਾ ਕੇ ਗੱਡੀ 'ਚ ਘੁੰਮ ਰਿਹਾ। ਇਹ ਸ਼ਖਸ ਪਾਰਟੀ ਦੇ ਹਰ ਵਰਕਰ ਦੀ ਫੋਟੋ ਲੈ ਕੇ ਘੁੰਮ ਰਿਹਾ, ਅਤੇ ਦੂਸਰੀ ਚੀਜ਼ ਜਿਸ ਤਰ੍ਹਾਂ ਕਿ ਇਸਦਾ ਕਹਿਣਾ ਹੈ ਇਹ ਸਭ ਦਾ ਫ੍ਰੀ ਪ੍ਰਚਾਰ ਕਰ ਰਿਹਾ। ਫ੍ਰੀ ਪ੍ਰਚਾਰ ਦਾ ਆਈਡੀਆ ਇਹਦੇ ਦਿਮਾਗ 'ਚ ਕਿੱਥੋਂ ਆਇਆ, ਕਿਉਂ ਆਇਆ, ਇਸ ਦੇ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਇਸਦਾ ਕਹਿਣਾ ਹੈ ਕਿ ਪਾਰਟੀ ਦਾ ਫ੍ਰੀ ਪ੍ਰਚਾਰ ਕਰ ਰਿਹਾ। ਇਸ ਤਰ੍ਹਾਂ ਕਿ ਇਸਦੀ ਟੋਪੀ ਵੀ ਪਾਰਟੀ ਦੇ ਰੰਗ ਤੋਂ, ਟੋਪੀ 'ਤੇ ਵੀ ਪਾਰਟੀ ਦਾ ਰੰਗ, ਤਿਰੰਗੇ ਰੰਗ ਦੀ ਟੋਪੀ ਲੈ ਕੇ ਚੱਲਿਆ, ਜੇ ਭਾਰਤ ਦਾ ਵੀ ਰੰਗ, ਮਾਸਕ ਅਤੇ ਚੋਣ ਨਿਸ਼ਾਨ ਹੱਥ ਦਾ, ਦਿਲ ਦੇ ਵਿੱਚ ਵੀ ਹੱਥ, ਅਤੇ ਹੱਥ ਨੂੰ ਦਿਲ 'ਤੇ ਰੱਖ ਕੇ ਆਪਣੇ ਦੋਨੇ ਹੱਥਾਂ ਨਾਲ ਸਟੇਅਰਿੰਗ ਸੰਭਾਲ ਕੇ ਇਹ ਗੱਡੀ ਚਲਾਉਂਦਾ ਹੋਇਆ ਪੂਰੇ ਪੰਜਾਬ 'ਚ ਘੁੰਮ ਰਿਹਾ, ਪਿਛਲੇ 17 ਦਿਨਾਂ ਤੋਂ ਪੰਜਾਬ ਦੇ ਵਿੱਚ ਘੁੰਮ ਰਿਹਾ। ਅਤੇ ਇਹ ਸ਼ਖਸ ਨਾ ਕਿਸੇ ਤੋਂ ਪੈਸਾ ਲੈ ਰਿਹਾ, ਅਤੇ ਨਾ ਹੀ ਕਿਸੇ ਤਰ੍ਹਾਂ ਦੀ ਡੋਨੇਸ਼ਨ। ਇਹ ਸ਼ਖਸ ਨਾਲ ਆਪਾਂ ਗੱਲਬਾਤ ਕੀਤੀ, ਤੁਹਾਨੂੰ ਰੂਬਰੂ ਕਰਾਇਆ ਇਸ ਸ਼ਖਸ ਦੇ ਨਾਲ, ਪਰ ਇੱਕ ਅਨੋਖਾ ਕਾਂਗਰਸ ਪ੍ਰੇਮੀ, ਇਹ ਕਾਂਗਰਸ ਪ੍ਰੇਮੀ, ਪਾਰਟੀ ਪ੍ਰੇਮੀ ਇਸ ਤਰ੍ਹਾਂ ਦਾ ਹੈ ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੀ ਗੱਡੀ ਚਲਾ ਰਿਹਾ, ਅਤੇ ਇੱਥੋਂ ਜਿਸ ਤਰ੍ਹਾਂ ਤੁਸੀਂ ਇੰਨੀ ਗੱਡੀ ਚਲਾਉਂਦੇ ਹੋ, ਤੇਲ ਬੜਾ ਮਹਿੰਗਾ, ਤਾਂ ਉਹਦਾ ਖਰਚਾ ਕਿੱਥੋਂ ਮੈਨੇਜ ਕਰ? ਨਹੀਂ ਮਿਲਦਾ, ਆਪਣੇ ਕੋਲ ਹੈਗਾ ਸਾਰਾ ਕੁਛ, ਬਾਬਾ ਜੀ ਕਿਰਪਾ, ਆਪਣੀ ਟਰਾਂਸਪੋਰਟ ਹੈਗੀ ਹੈ, ਆਪਣੀ ਟਰਾਂਸਪੋਰਟ ਹੈਗੀ ਹੈ ਲੁਧਿਆਣੇ ਆਪਣੀ, ਅਤੇ ਆਪਣੇ ਪਰਸਨਲ ਖਰਚੇ ਤੋਂ ਕਰ? ਅਤੇ ਆਪਣੇ ਪਰਸਨਲ ਖਰਚੇ ਤੋਂ ਪਾਰਟੀ ਦਾ ਪ੍ਰਚਾਰ ਕਰ ਰਹੇ ਆ, ਇੱਕ ਇਸ ਤਰ੍ਹਾਂ ਦਾ ਵੀ ਸ਼ਖਸ ਆਪਾਂ ਦਿਖਾਵਾਂਗੇ ਜੋ ਕਿ
अनोखा ही पार्टी प्रेम है। मैनू लगता इस तरह का पार्टी प्रेम किसी होर का होगा तो की ता नाम कि गिनीज़ वर्ल्ड बुक निमका बुक ऑफ रिकॉर्ड चाहते नहीं दर्ज कराया? नहीं आपका तो शौक ही आप ना नहीं मतलब ना ही अगे दर्ज कराने की मंशा थी ना आप कोई नहीं दर्ज करा लो नाम बड़ा बन जाए साधे बंदे आप गल नहीं आप साधे फोन आते चलाने ये इस तरह के साधे बंदे एडा वा फोन रखे तुम फोन भी ता सा 1500 का फोन है सारा वाह जी वाह कांग्रेस के भगत जिन्होंने आप मिलाया तुम देख सकते हो इन्हों की तस्वीर इन्होंने हर किसी की फोटो लाई हर कैंडीडेट की फोटो लाई है हाथ का निशान लैके तुर रहे हैं तो कांग्रेस पार्टी का किस तरह से भी प्रेमी हो सकता है ये किसी ने शायद सोचा नहीं होना पर इन्होंने जिस तरह का कहना है कि यह दावा करते हैं ये किसी तो पैसा नहीं लेंदे पेट्रोल भी अपनी जेब चो खर्चते हैं रोटी पानी जरूर दफ्तर से खा लेंगे खुद का बिजनेस है ट्रांसपोर्ट का जितों फंड इन्हों आ रहा उतों अही खर्चा कर रहे हैं उतों ये खर्चा करके अपना चोन प्रचार कर रहे हैं पर पूरे पंजाब दे विच जाना एक गड्डी ते पूरे पंजाब दे विच घूमना सारा दिन लगभग हो गए 4-5 दिन है अजे और इन्होंने इस तरह प्रचार करना एक बहुत वड्डी गल हैगी है ते चाहे किसी पार्टी की होवे या अपनी परसनल होवे एक बहुत ही मेहनत का काम है जो ये कर रहे हैं ते लाइव भर दी खास स्टोरी दे नाल कैमरामैन सुखविंदर कोहली दे नाल कैलाश प्रजापति की रिपोर्ट।